ఉన్నారు స్టాఫ్ ఇన్స్పెక్టర్ సివాన్ మేడం सरकारी प्रायमरी समार्ट स्कूल पिंडी दे विच जिथों दे विद्यार्थियों वालों ते धीआं वालों 500 विचों 500 अंक प्राप्त करके स्कूल का नाम रोशन किया गया। जिथे स्कूल का नाम रोशन किया गया उत्थे ही बच्चों वालों अपने मापिया का अपने अध्यापकों का इस पिंड का और इस इलाके का नाम रोशन किया गया। कहिंदे हन धीआं घर ते वेड़े का शिंगार हुंदियां हन, रौनक हुंदियां हन। अज ओह वाकई धीआं हर उस खेत्र विच अगे वध रही हन जिस खेत्र विच लोड़ हुंदी है। बेशक पुरश समाज देश दे विच लोग धीआं नूं अगे आउण तों रोकदे ने, पर अज दे युग विच जिथे धीआं हर खेत्र विच मल्ला मार रहीआं ने उही धीआं साडे नाल मौजूद हन। सरकारी प्राइवेट स्कूल दे विच जिथे 500 विचों 500 अंक प्राप्त कीते गए उहनां दे मापे मौजूद ने, अध्यापक मौजूद ने, प्रिंसीपल मौजूद ने, बीपीओ साहब मौजूद ने। उहनां नाल वी गल्लबात करके जाणांगे कि स्कूल वल्लों किस तरह की तैयारी बच्चों नूं करवाई गई सी ते आउण वाले समें विच होर बच्चों नूं तैयारी किस तरह करवाई जाएगी। पहला गल करदे आ स्कूल बीपीओ साहब मौजूद ने, उन्होंने गलबात कर सकते। बीपीओ साहब किवें देखदे हो अज तुहाडे स्कूल विच बच्चे 500 विचों 500 नंबर लै गए? बहुत खुशी की गल है जी। सरकारी प्रायमरी स्कूल पिंडी वधाई का पात्र है। जिस स्कूल विचों बच्चियां पंजवीं जमात चो 500 विचों 500 नंबर प्राप्त करके मैट विच आईआं ने, मैं उन्हां दा धन्नवाद भी करदा ते शाबाश दिंदा आ जिन्हां अध्यापकां ने इन्हां नूं इन्नी मेहनत करवा के इस मुकाम ते पहुंचाया। जिवें दस्या जांदा कि बच्चियां जिहड़ियां ने हुण अगे अगे मूहरी आ रही हो रही ने मुंडियां दे नालों। मैं आस करदा कि इस तरह साडा स्टाफ पिंडी स्कूल दा स्टाफ ते मेरे ब्लाक दा स्टाफ है जिहड़ा मेहनत करवाउंदा रहेगा ते साडे बच्चे वल आउंदे रहेंगे। बिल्कुल जी, इह सन बीपीओ साहब। उस तों बाद प्रिंसीपल सर साडे नाल मौजूद ने। प्रिंसीपल सर किवें देखदे हो, पहलां तां वधाई होवे तुहानूं स्कूल दे बच्चों नूं 500 विचों 500 नंबर लैण दी, किवें बच्चों नूं सिक्ख्या दित्ती गई ते अज 500 विचों 500 अंक मिले? ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਬਹੁਤ ਬਹੁਤ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਤਿੰਨਾਂ ਬੱਚੀਆਂ ਨੂੰ ਮੁਬਾਰਕਬਾਦ ਦਿੰਦਾ, ਇਹਨਾਂ ਦੇ ਪੇਰੈਂਟਸ ਨੂੰ ਔਰ ਪੂਰੇ ਪਿੰਡ ਨੂੰ ਔਰ ਨਾਲ ਹੀ ਆਪਣੇ ਸਟਾਫ ਮੈਂਬਰ ਸਾਹਿਬਾਨ ਨੂੰ ਵੀ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ ਇੰਨੀ ਸਖਤ ਮਿਹਨਤ ਕਰਵਾ ਕੇ ਇਹਨਾਂ ਬੱਚੀਆਂ ਨੂੰ ਇਸ ਮੁਕਾਮ 'ਤੇ ਲੈ ਕੇ ਗਏ ਔਰ ਇਹ ਬੱਚਿਆਂ ਦੇ ਲਈ ਵੀ ਬਹੁਤ ਹੀ ਵਧੀਆ ਇਹਨਾਂ ਨੇ ਵੀ ਪ੍ਰਦਰਸ਼ਨ ਕੀਤਾ ਹੈ। ਇਹ ਵੀ ਦਿਨ ਰਾਤ ਇਹਨਾਂ ਨੇ ਇੱਕ ਕੀਤੀ ਹੈ ਤਾਂ ਹੀ ਇਹ ਜਿਹੜਾ ਹੈ ਇਹਨਾਂ ਨੇ ਮੁਕਾਮ ਹਾਸਲ ਕੀਤਾ ਹੈ। ਬੱਚੀਆਂ ਅੱਜ ਦੀ ਤਰੀਕ ਦੇ ਵਿੱਚ ਲੜਕੀਆਂ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਹੈਗੀਆਂ, ਇਹਨਾਂ ਨੇ ਇਹ ਸਾਬਤ ਕਰ ਦਿੱਤਾ ਹੈ। ਮੈਂ ਇੱਕ ਵਾਰ ਫਿਰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਇਹਨਾਂ ਬੱਚੀਆਂ ਨੂੰ, ਇਹਨਾਂ ਦੇ ਪੇਰੈਂਟਸ ਨੂੰ ਔਰ ਸਾਡੇ ਸਾਰੇ ਸਮੁੱਚੇ ਸਟਾਫ ਨੂੰ। ਔਰ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਅੱਗੇ ਵੀ ਸਾਡਾ ਸਕੂਲ ਜਿਹੜਾ ਹੈਗਾ ਹਰੇਕ ਖੇਤਰ ਦੇ ਵਿੱਚ ਇਦਾਂ ਹੀ ਨਾਮਨਾ ਖੱਟਦਾ ਰਹੇਗਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਧੀਆਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ, ਪ੍ਰਿੰਸੀਪਲ ਸਰ ਦਾ ਕਹਿਣਾ। ਇਸ ਤਰ੍ਹਾਂ ਹੀ ਨਾਲ ਸਾਡੇ ਇੱਕ ਜਾਨਵੀ ਬੱਚੀ ਹੈ ਜਿਹਦ ਧੀ ਜਿਸ ਵੱਲੋਂ 500 ਚੋਂ 500 ਨੰਬਰ ਲੈ ਗਏ ਨੇ, ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ। ਰਕੇਸ਼ ਜੀ, ਕਿਵੇਂ ਦੇਖਦੇ ਹੋ ਅੱਜ ਧੀਆਂ ਦੀਆਂ ਖੁਸ਼ੀਆਂ? ਤੁਹਾਨੂੰ ਵਧਾਈਆਂ ਮਿਲ ਰਹੀਆਂ ਨੇ ਇਲਾਕੇ 'ਚੋਂ, ਵਧਾਈਆਂ ਮੇਰੇ ਪਿੰਡ ਵਿੱਚੋਂ, ਕਿਵੇਂ ਦੇਖਦੇ ਹੋ? ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜੀ, ਜੋ ਇਸ ਧੀਆਂ ਨੇ ਇਸ ਸਕੂਲ ਦਾ, ਮੇਰਾ, ਆਪਣੇ ਟੀਚਰਾਂ ਦਾ, ਪੂਰੇ ਪੰਜਾਬ ਵਿੱਚ ਨਾਮ ਰੋਸ਼ਨ ਕੀਤਾ ਜੀ। ਇਹ ਸਭ ਟੀਚਰ ਔਰ ਜੇ ਬੱਚੀ ਨਿੱਕੀ ਛੋਟੀ ਵਧਾਈ ਦੇ ਪਾਤਰ ਹਨ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਮੈਸੇਜ ਤਾਂ ਇਹ ਪਹੁੰਚਾਵਾਂਗੇ ਜੀ ਕਿ ਧੀਆਂ ਦਾ ਸਤਿਕਾਰ ਕਰੋ, ਧੀਆਂ ਨੂੰ ਪੁੱਤਰਾਂ ਵਾਂਗੂ ਪਿਆਰ ਕਰੋ। ਇਹ ਧੀਆਂ ਹੀ ਆਪਣੇ ਪੰਜਾਬ ਵਿੱਚ ਕੀ ਇੰਡੀਆ ਵਿੱਚ ਵੀ ਨਾਮ ਰੋਸ਼ਨ ਕਰ ਸਕਦੀਆਂ ਨੇ ਜੇ ਆਪਾਂ ਇਹਨਾਂ ਦੀ ਸਪੋਰਟ ਕਰੀਏ ਤਾਂ। ਬਿਲਕੁਲ ਜੀ, ਧੀਆਂ ਇੱਥੇ ਹੀ ਨਹੀਂ ਵੱਡੇ ਵੱਡੇ ਖੇਤਰਾਂ 'ਚ ਮੱਲਾ ਮਾਰ ਰਹੇ ਅਤੇ ਨਾਮ ਰੋਸ਼ਨ ਕਰ ਰਹੇ। ਸਾਡੇ ਨਾਲ ਇੱਕ ਇਸ ਤਰ੍ਹਾਂ ਦੀ ਧੀ ਮੌਜੂਦ ਰਹੇ। ਬੇਟੇ ਕੀ ਨਾਮ ਹੈ ਤੁਹਾਡਾ? ਜਾਨਵੀ, ਕਿਵੇਂ ਦੇਖਦੇ ਹੋ ਅੱਜ 500 ਚੋਂ 500 ਨੰਬਰ ਆਏ, ਵਧਾਈਆਂ ਮਿਲ ਰਹੀਆਂ ਫਿਰ ਇਲਾਕੇ 'ਚ ਪੂਰੀਆਂ? ਹਾਂਜੀ, ਸਕੂਲ ਵੱਲੋਂ ਪੂਰੀਆਂ। ਹਾਂਜੀ, ਕਿਵੇਂ ਦੇਖਦੇ ਹੋ ਤੁਸੀਂ, ਪੜ੍ਹਾਈ ਕਿਵੇਂ ਕੀਤੀ ਅਤੇ ਅੱਜ ਇਸ ਮੁਕਾਮ 'ਤੇ ਪਹੁੰਚੇ? ਮੈਨੂੰ ਸਕੂਲ ਵਿੱਚ ਬਹੁਤ ਵਧੀਆ ਲੱਗਿਆ ਕਿ ਟੀਚਰ ਵੀ ਬਹੁਤ ਵਧੀਆ ਪੜ੍ਹਾਉਂਦੇ ਸੀ, ਬਹੁਤ ਅਧਿਆਪਕ ਅਤੇ ਸਕੂਲ ਵਿੱਚ ਮੈਂ ਸਾਰਿਆਂ ਨੂੰ ਵਧਾਈਆਂ, ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਸਟਾਫ ਦਾ ਅਤੇ ਸਾਡੇ ਰਕੇਸ਼ ਕੁਮਾਰ ਸਰ ਦਾ, ਹੈੱਡ ਟੀਚਰ ਦਾ, ਕਿ ਇਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਵਾਈ ਹੈ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਬਿਲਕੁਲ ਜੀ, ਇਹ ਸੀ ਬੇਟੀ ਸਾਡੀ ਧੀ ਜਾਨਵੀ ਜਿਸ ਵੱਲੋਂ ਸਕੂਲ ਵਿੱਚੋਂ 500 ਨੰਬਰ ਲੈ ਗਏ ਨੇ। ਹੋਰ ਵੀ ਬੇਟੀਆਂ ਮੌਜੂਦ ਨੇ, ਉਹਨਾਂ ਨਾਲ ਵੀ ਥੋੜ੍ਹੀ ਦੇਰ ਗੱਲਬਾਤ ਕਰ ਲੈਂਦੇ ਹਾਂ। ਬੇਟੇ ਕੀ ਨਾਮ ਹੈ ਤੁਹਾਡਾ? ਬੇਟੇ 500 'ਚੋਂ 500 ਨੰਬਰ ਆਏ ਨੇ, ਕਿਵੇਂ ਦੇਖਦੇ? ਮਿਹਨਤ ਕਰਵਾਈ ਗਈ ਸਕੂਲ ਵੱਲੋਂ ਪੂਰੀ?
बिल्कुल जी। एक होर बच्ची नाल है उन्होंने भी गल, बेटे की नाम है तुहाडा? जगजीत जी। 499 नंबर तुहानु आए ने, एक नंबर घट आया पर 500 ही है। किवें देखदे हो पढ़ाई नूं? अगे बेटे की बनना चाहते हो तुसी? जिहड़ी वड्डियां क्लासां च वड्डे हो के की बनना दा सुपना है? पंजाब पुलिस। बिल्कुल जी, ए सी धी साडी जिहड़ी कहिंदी है पंजाब पुलिस विच भर्ती होना चाहुंदी आ मैं वड्डी हो के। ते तियां हर उस खेत्र विच मल्ला मार रहियां ने, जिस तरह प्रिंसीपल सर ने कहा कि जेकर मुंडे वेड़े दा शिंगार ने तां तियां घर दियां रौनकां हुंदियां ने। कैमरामैन दे नाल मैं विजय हांडा, सचगुरु न्यूज़ पिंडी। देश दुनिया की तमाम खबरों नाल जुड़े रहने लिए सबसक्राइब करो यूट्यूब ते सच कहूं पंजाबी चैनल। इस दे नाल ही बैल आइकन दब के पाओ लेटेस्ट अपडेट सब तो पहला।